ਸਭ ਤੋਂ ਅਹਿਮ ਖਬਰ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਇਹ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ 2023-24 ਵਿੱਤੀ ਸਾਲ ਦਾ ਬਜਟ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਵੇਰੇ 11 ਵਜੇ ਪੇਸ਼ ਕਰਨਗੇ ਵਿੱਤ ਮੰਤਰੀ ਚੀਮਾ ਨੇ ਕੱਲ ਸਦਨ ਦੇ ਵਿੱਚ ਦਾ ਪੰਜਾਬ ਐਪਰੋਪ੍ਰੀਏਸ਼ਨ ਬਿਲ 2023 ਰੱਖਿਆ ਤੇ ਸਰਕਾਰ ਇਸ ਬਜਟ ਦੇ ਵਿੱਚ ਮੁੱਖ ਤੌਰ ਤੇ ਖੇਤੀਬਪਨਤਾ ਸਿੱਖਿਆ ਸਿਹਤ ਅਤੇ ਸਨਤੀ ਖੇਤਰ ਨੂੰ ਕੇਂਦ੍ਰਿਤ ਕਰੇਗੀ ਵਿੱਤ ਮੰਤਰੀ ਦੇ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਦੌਰਾਨ ਹੀ ਪਤਾ ਲੱਗੇਗਾ ਕਿ ਖੇਤੀਬਾੜੀ ਦੇ ਲਈ ਵਿਦਿਆਰਥੀਆਂ ਦੇ ਲਈ ਸਿਹਤ ਦੇ ਲਈ ਅਤੇ ਸਨਤ ਦੇ ਲਈ ਆਪ ਸਰਕਾਰ ਨੇ ਕੀ ਕੁਝ ਰੱਖਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਖਜ਼ਾਨੇ ਦੇ ਵਿੱਚੋਂ ਤੁਹਾਡੇ ਲਈ ਕੀ ਕੁਝ ਨਿਕਲੇਗਾ ਇਸ ਤੇ ਖਾਲਸ ਟੀਵੀ ਦੀ ਖਾਸ ਕਵਰੇਜ ਲਗਾਤਾਰ ਸਵੇਰੇ 9:30 ਵਜੇ ਤੋਂ ਜਾਰੀ ਰਹੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਦੂਸਰਾ ਬਜਟ ਹੈ ਤੇ ਪਹਿਲੇ ਬਜਟ ਦੇ ਵਿੱਚ ਹਾਲਾਂਕਿ ਸਰਕਾਰ ਨੇ ਵੱਖ-ਵੱਖ ਵਰਗਾਂ ਦੇ ਨਾਲ مشਵਰਾ ਕੀਤਾ ਸੀ ਜਨਤਕ ਸਲਾਹਾਂ ਲਈਆਂ ਸੀ ਉਸ ਤੋਂ ਬਾਅਦ ਲੋਕਾਂ ਦੀ ਮਰਜ਼ੀ ਦੇ ਮੁਤਾਬਿਕ ਬਜਟ ਪੇਸ਼ ਕਰਨ ਦਾ ਦਾਵਾ ਕੀਤਾ ਗਿਆ ਸੀ ਪਰ ਐਤਕੀ ਅਜਿਹਾ ਪ੍ਰਯੋਗ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਕੱਲ ਸਦਨ ਦੇ ਚੌਥੇ ਦਿਨ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਮਾਮਲੇ ਤੇ ਵਿਧਾਨ ਸਭਾ ਦੇ ਵਿੱਚ ਤਿੱਖੀ ਬਹਿਸ ਹੋਈ ਵਿਰੋਧੀ ਧਿਰ ਕਾਂਗਰਸ ਅਤੇ ਸੱਤਾ ਤੇਰਾ ਆਮ ਆਦਮੀ ਪਾਰਟੀ ਦੇ ਵਿਚਾਲੇ ਜ਼ਬਰਦਸਤ ਤਿੱਖੀਆਂ ਟਿੱਪਣੀਆਂ ਹੋਈਆਂ ਕਾਂਗਰਸ ਨੇ ਸੁਰੱਖਿਆ ਵਾਪਸੀ ਦਾ ਟਵੀਟ ਕਰਨ ਵਾਲੇ ਮੀਡੀਆ ਸਲਾਹਕਾਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਤਾਂ ਦੂਸਰੇ ਪਾਸੇ ਜਦੋਂ ਆਮ ਆਦਮੀ ਪਾਰਟੀ ਨੇ ਅਸਲੀ ਦਹਾਕੇ ਵਿੱਚ ਹਜ਼ਾਰਾਂ ਲਾਸ਼ਾਂ ਦੀ ਸਿਆਸਤ ਤੇ ਟਿੱਪਣੀ ਕੀਤੀ ਤਾਂ ਕਾਂਗਰਸ ਭੜਕ ਗਈ ਤੇ ਸਦਨ ਵਿੱਚੋਂ ਵਾਕ ਆਊਟ ਕਰ ਦਿੱਤਾ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੱਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਫੇਰੀ ਤੇ ਪਹੁੰਚੇ ਹੋਏ ਸਨ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਦਨ ਵਿੱਚ ਹਾਜ਼ਰ ਨਹੀਂ ਸਨ ਉਹ ਰਾਸ਼ਟਰਪਤੀ ਦੇ ਨਾਲ ਸਨ ਵਿਦਾਂ ਸਭਾ ਦੇ ਵਿੱਚ ਪ੍ਰਸ਼ਨ ਕਾਲ ਦੌਰਾਨ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਖੇਤੀ ਬੁਢਾਪਾ ਪੈਨਸ਼ਨ ਦੇ ਵਿੱਚ ਵਾਅਦਾ ਕਰੇਗੀ ਯਾਨੀ ਕਿ ਹੋ ਸਕਦਾ ਹੈ ਕਿ ਅੱਜ ਬਜਟ ਦੇ ਵਿੱਚ ਇਸ ਦਾ ਐਲਾਨ ਕੀਤਾ ਜਾਵੇ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪੰਜਾਬ ਦੇ ਵਿੱਚ ਹੋਏ ਸਰਵੇ ਦੇ ਵਿੱਚ 90248 ਮਰਤਕਾਂ ਦੇ ਨਾਂ ਤੇ ਰਾਸ਼ਨ ਵਸੂਲਣ ਵਾਲਿਆਂ ਦੀ ਪਛਾਣ ਹੋਣ ਦਾ ਦਾਵਾ ਕੀਤਾ ਯਾਨੀ ਕਿ ਜੇ ਇਹ ਜਿਹੜੇ ਝੂਠੇ ਲੋਕ ਜਾਲੀ ਲੋਕ ਰਾਸ਼ਨ ਕਾਰਡ ਤੇ ਮੁਫਤ ਰਾਸ਼ਨ ਲੈ ਰਹੇ ਸਨ ਉਹਨਾਂ ਦੇ ਰਾਸ਼ਨ ਨੇ ਜਿਹੜੇ ਉਹ ਰਾਸ਼ਨ ਕਾਰਡ ਨੇ ਜਿਹੜੇ ਉਹ ਰੱਦ ਕੀਤੇ ਜਾਣਗੇ ਪ੍ਰਸ਼ਨ ਕਾਲ ਦੇ ਵਿੱਚ ਬੁਢਾਪਾ ਪੈਨਸ਼ਨ ਦਾ ਸਵਾਲ ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਪੁੱਛਿਆ ਸੀ ਜਿਸ ਤੇ ਜਵਾਬ ਦੇ ਵਿੱਚ ਬਲਜੀਤ ਕੌਰ ਨੇ ਬੁਢਾਪਾ ਪੈਨਸ਼ਨ 'ਚ ਵਾਧਾ ਕਰਨ ਦਾ ਦਾਵਾ ਕੀਤਾ ਸੀ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਬਾਬਾ ਹੀਰਾ ਸਿੰਘ ਪਠੜ੍ਹ ਕਾਲਜ ਦਾ ਮਾਮਲਾ ਚੁੱਕਿਆ ਤੇ ਕਿਹਾ ਕਿ ਕਾਲਜ ਨੂੰ ਖੰਡਰ ਹੋਣ ਤੋਂ ਬਚਾਇਆ ਜਾਵੇ ਆਲਿਸ਼ਾ ਨੀ ਇਮਾਰਤ ਨੂੰ ਸਿੱਖਿਆ ਲਈ ਵਰਤਿਆ ਜਾਵੇ ਇਸ ਤੇ ਉੱਤਰ ਦਿੱਤਾ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਹਨਾਂ ਨੇ ਕਿਹਾ ਕਿ ਇਸ ادارے ਦੇ ਸਟਾਫ ਦਾ ਮੁਰਵਸੀਬਾ ਕਰਨ ਲਈ ਮਾਮਲਾ ਕਾਰਵਾਈ ਅਧੀਨ ਹੈ ਛੇਤੀ ਜਿਹੜਾ ਹੈਗਾ ਅਗਲੇ ਸੈਸ਼ਨ ਤੋਂ ਇਸ ਥਾਂ ਤੇ ਨਵਾਂ ਕਾਲਜ ਸ਼ੁਰੂ ਕੀਤਾ ਜਾਏਗਾ ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੱਲ ਸੂਬੇ ਦੇ ਵਿੱਚ ਮਹਿੰਗੀਆਂ ਦਰਾਂ ਤੇ ਦਵਾਈਆਂ ਵਿੱਚ ਜਾਣਕਾਰਨ ਲੋਕਾਂ ਦੀ ਹੁੰਦੀ ਲੁੱਟ ਰੋਕਣ ਲਈ ਮਤਾ ਪਾਸ ਕੀਤਾ ਗਿਆ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਸਦਨ ਵਿੱਚ ਇਸ ਬਾਰੇ ਗੈਰ ਸਰਕਾਰੀ ਮਤਾ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਦੇ ਨਾਲ ਲੰਮੀ ਬਹਿਸ ਤੋਂ ਬਾਅਦ ਪਾਸ ਕਰ ਦਿੱਤਾ ਗਿਆ। ਸਦਨ ਨੇ ਸੂਬਾ ਸਰਕਾਰ ਨੂੰ ਮਤਾ ਪਾਸ ਕਰਕੇ ਸਿਫਾਰਿਸ਼ ਕੀਤੀ ਕਿ ਦਵਾਈਆਂ ਵਿੱਚ ਹੁੰਦੀ ਲੁੱਟ ਰੋਕਣ ਦੇ ਲਈ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇ। ਸਦਨ ਦੇ ਵਿੱਚ ਸਫਰਕਾਲ ਦੌਰਾਨ ਬਠਿੰਡਾ ਰਿਫਾਇਨਰੀ ਦੇ ਪ੍ਰਦੂਸ਼ਣ ਦੀ ਵੀ ਗੂੰਜ ਪਈ। ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਮਾਮਲਾ ਚੁੱਕਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੇਲ ਸੋਧਕ ਕਾਰਖਾਨੇ ਦਾ ਪ੍ਰਦੂਸ਼ਣ ਚੱਲ ਰਿਹਾ ਹੈ ਪਿੰਡ ਕਣਕਵਾਲ ਦੇ ਵਸਨੀਕਾਂ ਨੂੰ ਸੂਬੇ ਦੇ ਵਿੱਚ ਕਿਧਰੇ ਹੋਰ ਤਬਦੀਲ ਕੀਤਾ ਜਾਵੇ ਉਹਨਾਂ ਦੱਸਿਆ ਕਿ ਪਿੰਡ ਕਣਕਵਾਲ ਦੇ ਲੋਕਾਂ ਨੇ ਇਥੋਂ ਤਬਦੀਲ ਹੋਣ ਲਈ ਮੰਗ ਪੱਤਰ ਵੀ ਦਿੱਤਾ ਹੈ ਕਿਉਂਕਿ ਪ੍ਰਦੂਸ਼ਣ ਇਸ ਕਦਰ ਵੱਧ ਗਿਆ ਹੈ ਕਿ ਉਹਨਾਂ ਦਾ ਇੱਥੇ ਰਹਿਣਾ ਮੁਸ਼ਕਲ ਹੋ ਰਿਹਾ ਹੈ ਬਿਮਾਰੀਆਂ ਚਿੰਬੜ ਰਹੀਆਂ ਨੇ ਵਿਦਿਆਕਾਂ ਨੇ ਵੀ ਦੱਸਿਆ ਕਿ ਤੇਲ ਸੋਧਕ ਕਾਰਖਾਨਿਆਂ ਦੇ ਵਿੱਚ 2013 ਦੇ ਵਿੱਚ ਤੇ ਹੁਣ 2023 ਦੇ ਵਿੱਚ ਅੱਗ ਲੱਗਣ ਦੀਆਂ ਘਟਾਵਾਂ ਵੀ ਵਾਪਰੀਆਂ ਨੇ ਜਿਸ ਤਰ੍ਹਾਂ ਨਿੰਪਿੰਡ ਕਣਕਵਾਲ ਦੇ ਵਿੱਚ ਲੋਹੇ ਦੇ ਟੁਕੜੇ ਵੀ ਆ ਕੇ ਡਿੱਗੇ ਕਾਰਖਾਨੇ ਦੀਆਂ ਉੱਚੀਆਂ ਤੇ ਤਿੱਖੀਆਂ ਆਵਾਜ਼ਾਂ ਕਰਕੇ ਲੋਕਾਂ ਦੀ ਸੁਣਨ ਸ਼ਕਤੀ ਕਮਜ਼ੋਰ ਹੋ ਗਈ ਹੈ ਕਾਰਖਾਨੇ ਦੇ ਭਿਆਨਕ ਰਸਾਇਣਾਂ ਕਰਕੇ ਨੇੜਲੀ ਆਬਾਦੀ ਤੇ ਪਸ਼ੂਆਂ ਨੂੰ ਚਮੜੀ ਤੇ ਸਾਧੀਆਂ ਬਿਮਾਰੀਆਂ ਹੋ ਰਹੀਆਂ ਨੇ ਸਦਨ ਦੀਆਂ ਕੁਝ ਖਾਸ ਗੱਲਾਂ ਵੀ ਤੁਹਾਨੂੰ ਦੱਸ ਦਿੰਨੇ ਆ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਕੱਲ ਪਹਿਲੇ ਦਿਨ ਸਦਨ ਦੇ ਵਿੱਚ ਪੇਸ਼ ਹੋਏ ਜਦਕਿ ਵਿਧਾਇਕ ਪ੍ਰਗਟ ਸਿੰਘ ਹਾਲੇ ਤੱਕ ਸਦਨ ਦੇ ਵਿੱਚ ਨਹੀਂ ਪਹੁੰਚੇ ਇਸੇ ਤਰ੍ਹਾਂ ਕਾਂਗਰਸ ਵਿਧਾਇਕ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਵੀ ਬਜਟ ਸੈਸ਼ਨ ਦੇ ਵਿੱਚ ਕੱਲ ਪਹਿਲੀ ਵਾਰ ਕਿਸੇ ਮੁੱਦੇ ਤੇ ਬੋਲੇ ਤੇ ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਨਵੀ ਸਦਨ ਦੇ ਵਿੱਚ ਪਹਿਲੀ ਵਾਰ ਆਪਣੀ ਜ਼ੁਬਾਨ ਖੋਲੀ ਹੈ ਕੱਲ ਪਹਿਲੀ ਵਾਰ ਹੀ ਬੋਲੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕੱਲ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਤੇ ਬਿਨਾ ਨਾਮ ਲਏ ਤੰਸ ਕੱਸਿਆ ਕਹਿੰਦੇ ਅੱਜ ਹਾਊਸ ਸ਼ਾਂਤੀ ਨਾਲ ਕਿਉਂ ਚੱਲ ਰਿਹਾ ਹੈ ਸੱਤਾਧਾਰੀ ਧਿਰ ਚੁੱਪ ਕਰਕੇ ਬਾਜਵਾ ਦੇ ਇਸ ਤੰਜ ਨੂੰ ਚੱਲ ਗਈ ਕੋਈ ਵੀ ਬੋਲਿਆ ਨਹੀਂ ਇਸੇ ਤਰ੍ਹਾਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਾਰੇ ਵਿਧਾਇਕਾਂ ਨੂੰ ਜਸਵੰਤ ਕਮਲ ਦਾ ਨਾਵਲ ਪੰਜਾਬ ਕੀ ਬਣੂ ਤੇਰਾ ਪੜਨ ਦੀ ਨਸੀਹਤ ਦਿੱਤੀ ਸੋ ਅੱਜ ਦੇ ਬਜਟ اجلاس ਤੇ ਖਾਸ ਨਜ਼ਰ ਰਹੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਬਜਟ ਦੇ ਵਿੱਚ ਕੀ ਕੁਝ ਤੁਹਾਡੇ ਲਈ ਪੰਜਾਬੀਆਂ ਦੇ ਲਈ ਲੈ ਕੇ ਆਉਂਦੀ ਹੈ ਉਸ ਬਾਰੇ पल पल दी जानकारी ਤੁਹਾਨੂੰ ਅਸੀਂ ਦਿੰਦੇ ਰਹਾਂਗੇ ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਟਿੱਪਣੀ ਤੁਹਾਨੂੰ ਦੱਸ ਦਿੰਨੇ ਆ ਜਿਸ ਦਾ ਜਵਾਬ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਬਜਟ ਨੇ ਦਰਅਸਲ ਕਿਹਾ ਸੀ ਕਿ ਸਰਕਾਰ ਦੇ ਕੋਲ ਜ਼ਹਿਰਖੰਡ ਦੇ ਪੈਸੇ ਨਹੀਂ ਇਹਨਾਂ ਤੋਂ ਬਜਟ ਦੀ ਕੀ ਉਮੀਦ ਰੱਖੀਏ ਤਾਂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਤਲਬ ਤੁਸੀਂ ਕੱਖ ਨਹੀਂ ਛੱਡਿਆ ਇਹਨਾਂ ਦੇ ਪੱਲੇ ਆਮ ਆਦਮੀ ਪਾਰਟੀ ਦੇ ਪੱਲੇ ਪੰਜਾਬ ਦੇ ਵਿੱਚ ਸਭ ਕੁਝ ਖਾ ਗਏ ਇਸੇ ਕਰਕੇ ਇਹਨਾਂ ਕੋਲ ਜ਼ਹਿਰਖੰਡ ਦੇ ਪੈਸੇ ਨਹੀਂ ਖੈਰ ਮਾਲਵਿੰਦਰ ਸਿੰਘ ਕੰਗ ਨੇ ਉਸ ਕੈਗ ਰਿਪੋਰਟ ਦਾ ਹਵਾਲਾ ਦੇ ਕੇ ਇਹ ਤੰਜ ਕਸਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਹੁੰਦਿਆਂ 53834 ਕਰੋੜ ਰੁਪਏ ਜਿਹੜੇ ਲੋਕਾਂ ਤੇ ਖਰਚੇ ਜਾਣੇ ਸਨ ਉਹ ਖਰਚੇ ਹੀ ਨਹੀਂ ਕੈਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮਾਲਵਿੰਦਰ ਕੰਗ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਤਿੱਖਾ ਘੇਰਿਆ ਹੈ